मम्मी हुण तुसी बैठ के ही सार देना है ई होर केड़ा मैं खूह पट्टण लग जा हुण तुसी कोई कुड़ी काड़ी देख लो ब्याह कर दो मुंडे दा भाई कुड़ी बथेरिया कह कह चुकी मैं ता वी कोई रिश्ता करा दो मेरे मुंडे नूं कोई रिश्ता हले कोई हथ पल ही नहीं फड़ा है मम्मी एवं इधर उधर मुंह मारूगा फिर लोगों च गल हो घरे लांबे आने टाइम सिर ब्याह करना चंगा होंगे मैं ही देख दी कोई फिर चल देखो भाई हाँ कन बहुत चल भाई खुश रहा मैं नच रही आना मम्मी छट बरे मेरी गल ध्यान सुन अपने छोटे भरा दी कुड़ी लभ गई कुड़ी लभ गई हां वे किन्ना दी आ की नाम आ केड़े पिंड दी आ करदी भी की आ कुड़ी दस मम्मी ए नहीं मैनू पता वे किन्ना दी कुड़ी आ नौ की आ पर ब्लॉगिंग करदी आ वे ब्लॉगर वे केड़ी नौकरी आ एड्डी वड्डी नौकरी किथे नौकरी करदी आ हो ओ मम्मी ब्लॉगिंग कोई नौकरी नहीं हुंदी ब्लॉगिंग हुण जो कुड़ी दा अपने मुंडे नाल व्याह हो गया उन्होंने सवेरे कमरे विच कैमरा फिट कर दिया करना फिर जो भी चवला मारते ने सवेर तो शाम तक ना हकते ने मूहते ने जो गल कड़ते कुत्त पले जो कपड़े पाते हैं नहाते हैं करते हैं सारा कुछ आया करू नाले तो पैसे बन गए यूट्यूब तो नाले चढ़ाई चढ़ाई लोग फोटो खिचाने गल बन जू ढाई जाने व्याह तो बाद कमर च कैमरे लाई देते हैं बे शर्म कर ला के कमर च कैमरे लाना हों अकल की गल कर सियाना बनी दा हों अपनी इज्जत घर की लोगों दिखाई देंदे कैमरे ला के ਇਹ ਸ਼ਰਮ ਵਾਲੀ ਗੱਲ ਹੁੰਦੀ ਆ ਬਹੁਤ ਫਿਰ ਧੀ ਭੈਣ ਦੀ ਇੱਜ਼ਤ ਹੁੰਦੀ ਆ ਮੰਮੀ ਕਿਹੜੀ ਇੱਜ਼ਤ ਗੱਲ ਸੁਣ ਅੱਜ ਕੱਲ੍ਹ ਟ੍ਰੈਂਡ ਬਣ ਚੁੱਕੇ ਹੈ ਨੌਕਰੀਆਂ ਤਾਂ ਰਹੀਆਂ ਨੀ ਹੁਣ ਬੰਦ ਕਰਨ ਵੀ ਕੀ ਦੇਖ ਭਰਾ ਸਵੇਰੇ ਉੱਠ ਕੇ ਆਪਣੀ ਵੋਟੀ ਨੂੰ ਤਿਆਰ ਕਰਿਆ ਕਰੂ ਉਹਨੂੰ ਬਾਜ਼ਾਰ ਚਲਾ ਜਾ ਕਰੂ ਵੀ ਤੂੰ ਮੂਹਰੇ ਮੂਹਰੇ ਚੱਲ ਮੈਂ ਮਗਰ ਤੇਰੇ ਲੈ ਕੇ ਕੈਮਰਾ ਆਈ ਜਾਣਾ ਜੋ ਮਰਜ਼ੀ ਬੋਲੀ ਜਾ ਜੋ ਮਰਜ਼ੀ ਖਾਈ ਪੀ ਜਾ ਥੱਕ ਨਾਲੇ ਤੇਰੀ ਚਾਹ ਲੋਕ ਫੋਟੋਆਂ ਖਿਚਾਉਂਦੇ ਤੈਨੂੰ ਪਤਾ ਹੀ ਮੰਮੀ ਚੀਜ਼ ਦਾ ਟ੍ਰੈਂਡ ਚੱਲਦਾ ਫੈਸ਼ਨ ਅੱਜ ਕੱਲ੍ਹ ਚੜ੍ਹਾਈ ਇਹੀ ਹੁੰਦੀ ਆ ਬਜਾ ਟਿੱਕੇ ਇਦੋਂ ਤਾਂ ਮੈਂ ਮੁੰਡਾ ਕੁਮਾਰਾ ਰੱਖ ਲੂ ਤੈਨੂੰ ਪਤਾ ਸਾਡੇ ਜ਼ਮਾਨੇ ਚ ਕੀ ਹੁੰਦਾ ਹੁੰਦਾ ਸੀ ਦੋ ਕੋ ਤੇ ਬੈਠਕ ਹੁੰਦੀ ਸੀ ਜੇ ਕੋਈ ਆਇਆ ਗਿਆ ਹੁੰਦਾ ਤੇ ਉੱਥੇ ਬਿਠਾਉਂਦੇ ਹੁੰਦੇ ਸੀ ਆਪਣੀ ਧੀ ਭੈਣ ਨੂੰ ਸਾਹਮਣੇ ਨਹੀਂ ਕਰਦੇ ਹੁੰਦੇ ਉਹ ਵੀ ਦੇਖ ਕੇ ਦੂਰੋਂ ਘੁੰਡ ਕੱਢ ਲੈਣਾ ਚਾਹੇ ਆਪਣਾ ਭੈਣ ਭਾਈ ਹੁੰਦਾ ਤਾਂ ਨਹੀਂ ਸੀ ਪਤਾ ਲੱਗਦਾ ਹੁੰਦਾ ਵੀ ਕੌਣ ਆਇਆ ਸ਼ਰਮ ਲਾ ਕੇ ਹੱਥਾਂ 'ਚ ਫੜ ਲਈ ਤੁਸੀਂ ਤਾਂ ਲੱਗਦਾ ਹੋਇਆ ਚਲ ਮੈਂ ਤਾਂ ਉਹਨੂੰ ਛੜਾ ਹੀ ਰੱਖ ਲੂੰਗੀ ਦੇ ਲਿਆ ਕਿ ਦੋ ਰੋਟੀਆਂ ਉਹਨੂੰ ਮਾੜੀ ਮੋਟੀ ਸ਼ਰਮ ਕਰੋ ਅਗਲੇ ਦੀ ਧੀ ਵਿਆਹ ਕੇ ਲਿਆਵੋਗੇ ਮੇਕਅਪ ਕਰਕੇ ਉਹਨੂੰ ਬਾਜ਼ਾਰਾਂ 'ਚ ਤੋਰ ਕੇ ਹੈ ਨਾ ਉਹਦੀਆਂ ਫਿਲਮਾਂ ਵੀਡੀਓ ਬਣਾ ਕੇ ਲੋਕਾਂ ਨਾਲ ਫੋਟੋਆਂ ਕਰਾਵੋਗੇ ਵੀ ਫੋਟੋ ਤਾਂ ਆਪਣੇ ਬੰਦੇ ਨਾਲ ਕਰਾਈ ਦੀ ਹੁੰਦੀ ਆ ਅਕਲ ਬੇਅਕਲ ਨਾ ਹੁਣ ਚੱਲ ਇੱਥੋਂ ਮੁੜ ਕੇ ਨਾ ਇਹ ਜੀ ਮੈਨੂੰ ਕੁੜੀ ਦੀ ਦੱਸ ਪਾਈ ਲੱਗ ਗਿਆ ਦਾੜੀ ਖੁਰਚਣ ਜਿਵੇਂ ਜੂਆਂ ਪਈਆਂ ਹੁੰਦੀਆਂ ਨੇ ਮੰਮੀ ਪਰ ਫੇਮਸ ਬਹੁਤ ਹੁੰਦਾ ਬੰਦਾ ਮੈਂ ਜੁੱਤੀ ਮਾਰੂੰ ਲਾ ਕੇ ਤੁਝਾ ਇੱਥੋਂ ਕਹੇ ਜਿਹਾ ਜ਼ਮਾਨਾ ਆ ਗਿਆ ਉਹ ਰੱਬਾ ਤੂੰ ਹੀ ਰੱਖ ਆ ਸਭ ਦੀਆਂ ਇੱਜ਼ਤਾਂ ਦਾ ਉਰੇ ਆ ਭਾਈ ਮੇਰੀ ਗੱਲ ਸੁਣ ਹਾਂਜੀ ਮੰਮੀ ਕੀ ਹੋ ਗਿਆ ਆ ਦੇਖ ਲਾ ਤੇਰੇ ਘਰ ਵਾਲਾ ਤਾਂ ਜਮਾ ਹੀ ਹਿੱਲ ਗਿਆ ਕੀ ਹੋ ਗਿਆ ਹੋਣਾ ਕੀ ਆ ਉਹਦੀਆਂ ਗੱਲਾਂ ਚ ਨਾ ਜੀ ਹੁਣ ਤੂੰ ਬਸ ਕੰਮ ਕਰੋ ਆਪਣਾ ਹਾਂ